ਇਹ ਖਿਡੌਣਾ ਗੇਅਰ ਸਿਸਟਮ ਦੇ ਬੇਸ 'ਤੇ ਬਣਦਾ ਹੈ। ਇਸ ਇੱਥੇ ਪੱਖਾ ਗੇਅਰ ਦੇ ਘੁੰਮਣ ਨਾਲ ਘੁੰਮਦਾ ਹੈ। ਇਹ ਛੋਟਾ ਗੇਅਰ ਵੱਡੇ ਗੇਅਰ ਨੂੰ ਆਖਦਾ ਹੈ ਕਿ ਜਿਸ ਦੇ ਉੱਤੇ ਦੋ ਫਿੰਗਰਸ ਨੇ ਉਹ ਵੀ ਨੱਚਦੇ ਹਨ। ਕਾਰਡਬੋਰਡ ਗੱਤੇ ਦੀਆਂ ਰੀਲ ਲੈ ਕੇ ਦੋ ਸਲਿੱਟ ਕੱਟ ਕਰੋ ਵਿੱਚੋਂ ਦੀ ਇਹ ਰੈਕਟੈਂਗੂਲਰ ਫਲੈਕਸੀ ਪਲਾਸਟਿਕ ਲਹਿਰਾਂ ਕਾਰਗੂਏਟਡ ਬੋਰਡ ਅਤੇ ਉਸ ਵਿੱਚ ਦੋ ਸਟਿਫ ਸਟਰਾ ਫਸਾ ਦਿਓ। ਇਹ ਬੋਰਡ ਨੂੰ ਰੀਲ ਦੀ ਸਲਿਟਸ ਉੱਤੇ ਰੱਖੋਗੇ। ਪੁਰਾਣੀ ਬੋਟਲ ਤੋਂ ਇੱਕ ਪੱਖਾ ਬਣਾ ਕੇ ਉਸਦੇ ਸ਼ਾਫਟ 'ਤੇ ਛੋਟਾ ਗੀਅਰ ਲਗਾ ਲਓ। ਵੱਡੀ ਗੀਅਰ ਵੀ ਸਟੱਕ ਨੂੰ ਸਟਰਾ 'ਚ ਰੱਖੋ ਅਤੇ ਇਸ ਤਰ੍ਹਾਂ ਜਿਵੇਂ ਕਿ ਛੋਟੇ ਛੋਟੇ ਗੀਅਰ ਦੀ ਇਸ ਤਰ੍ਹਾਂ ਜਿਵੇਂ ਕਿ ਟੋਏ ਆਪਸ ਵਿੱਚ ਰਲ ਜਾਣ। ਜਦ ਇਸ ਖਿਡੌਣੇ ਨੂੰ ਪੱਖੇ ਥੱਲੇ ਰੱਖਾਂਗੇ ਤਾਂ ਬੋਟਲ ਦੇ ਪ੍ਰੋਪੈਲਰ ਘੁੰਮਦੇ ਹਨ ਜੋ ਅੱਗੇ ਛੋਟਾ ਗੇਅਰ ਘੁੰਮਾਉਂਦੇ ਹਨ ਜੋ ਅੱਗੇ ਵੱਡਾ ਗੇਅਰ ਘੁੰਮਾ ਕੇ ਉਹ ਫਿਗਰਸ ਨੂੰ ਗੋਲ ਗੋਲ ਘੁੰਮਾਉਂਦੇ ਹਨ।